ਕਾਂਗਰਸ ਨੂੰ ਲੈ ਕੇ ਰਮਨੀਤ ਬਿੱਟੂ ਦਾ ਵੱਡਾ ਦਾਅਵਾ, ਕਿਹਾ ਰਾਹੁਲ ਗਾਂਧੀ ਨੇ ਬੇਅੰਤ ਸਿੰਘ ਦੇ ਕਾਤਲਾਂ ਨੂੰ ਮਾਫ ਕਰਨ ਦੀ ਦਿੱਤੀ ਸੀ ਸਲਾਹ ਪਰ ਮੈਂ ਕਰ ਦਿੱਤੀ ਰੱਦ। ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ ਸ਼ਰਟ ਪਾਉਣ ਤੇ ਵੀ ਬਿੱਟੂ ਨੇ ਕਰ ਦਿੱਤਾ ਸੀ ਇਨਕਾਰ। ਰਮਨੀਤ ਬਿੱਟੂ ਦੇ ਖੁਲਾਸਿਆਂ ਤੇ ਰਾਜਾ ਵੜਿੰਗ ਦੀ ਸਲਾਹ, ਕਿਹਾ ਜਿਸ ਥਾਲੀ ਦੇ ਵਿੱਚ ਖਾਧਾ ਉਸਦੇ ਵਿੱਚ ਛੇਕ ਨਾ ਕਰਨ ਬਿੱਟੂ, ਕਿਸੇ ਨੇ ਕਿਸੇ ਤੇ ਨਹੀਂ ਬਣਾਇਆ ਦਬਾਅ। ਲੋਕ ਸਭਾ ਚੋਣਾਂ ਦੇ ਲਈ ਮੁੱਖ ਮੰਤਰੀ ਮਾਨ ਨੇ ਚੌਕੀ ਪੂਰੀ ਤਾਕਤ, ਅੱਜ ਦੁਪਹਿਰ 3 ਵਜੇ ਪਟਿਆਲਾ 'ਚ ਕੱਢਣਗੇ ਰੋਡ ਸ਼ੋਅ, ਪਾਰਟੀ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਲਈ ਕਰਨਗੇ ਪ੍ਰਚਾਰ। ਦਲਵੀਰ ਗੋਲਡੀ ਤੇ ਖਹਿਰਾ ਦੇ ਵਿਚਾਲੇ ਇਲਜ਼ਾਮ, ਤਰਾਸ਼ੀਆਂ ਦਾ ਦੌਰ ਜਾਰੀ। ਗੋਲਡੀ ਦਾ ਇਲਜ਼ਾਮ, ਖਹਿਰਾ ਮੈਨੂੰ ਕਰਦੇ ਸੀ ਇਗਨੋਰ, ਮੀਟਿੰਗਾਂ ਲਈ ਨਹੀਂ ਦਿੰਦੇ ਸਨ ਸੱਦਾ, ਤਾਂ ਖਹਿਰਾ ਦਾ ਜਵਾਬ, ਗੋਲਡੀ ਨੇ ਨਹੀਂ ਚੁੱਕੇ ਮੇਰੇ ਫੋਨ। ਸੁਖਬੀਰ ਬਾਦਲ ਨੇ ਖੰਨਾ ਦੇ ਵਿੱਚ ਕੀਤੀ ਪੰਜਾਬ ਬਚਾਓ ਯਾਤਰਾ, ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਦੇ ਲਈ ਮੰਗਿਆ ਸਹਿਯੋਗ, ਕਿਹਾ ਤਜਰਬੇ ਕਰਨੇ ਬੰਦ ਕਰੋ, ਪੰਜਾਬ ਦੀ ਮਾਂ ਪਾਰਟੀ ਨੂੰ ਜਿਤਾਓ। ਬਠਿੰਡਾ ਦੇ ਵਿੱਚ ਲੋਕ ਸਭਾ ਉਮੀਦਵਾਰਾਂ ਨੂੰ ਲੋਕ ਨਸ਼ੇ ਦੇ ਮੁੱਦੇ ਤੇ ਕਰ ਰਹੇ ਨੇ ਸਵਾਲ, ਆਪ ਉਮੀਦਵਾਰ ਗੁਰਮੀਤ ਖੁੱਡੀਆਂ ਨੂੰ ਇੱਕ ਮਹਿਲਾ ਨੇ ਚਿੱਟੇ ਤੋਂ ਪੀੜਤ ਬੇਟੇ ਦੀ ਸੁਣਾਈ ਕਹਾਣੀ, ਤਾਂ ਹਰਸਿਮਰਤ ਬਾਦਲ ਦੇ ਕੋਲ ਨਸ਼ਾ ਪੀੜਤਾਂ ਦੀਆਂ ਮਾਵਾਂ ਨੇ ਸੁਣਾਏ ਤੁਕ। ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ ਚੇਤਾਵਨੀ, ਅਕਾਲੀ ਦਲ ਦੀ ਚੋਣ ਕੰਪੇਨ ਦੌਰਾਨ ਬੱਚਿਆਂ ਦੀ ਸ਼ਮੂਲੀਅਤ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ, ਲਾਲਜੀਤ ਭੁੱਲਰ ਵੱਲੋਂ ਇੱਕ ਵਰਗ ਸੰਬੰਧੀ ਕੀਤੀ ਟਿੱਪਣੀ ਤੇ ਜਾਰੀ ਕੀਤੀ ਚੇਤਾਵਨੀ। ਮੱਧ ਪ੍ਰਦੇਸ਼ ਦੇ ਮੁਰੈਨਾ ਦੇ ਵਿੱਚ ਭਾਵੁਕ ਹੋਈ ਪ੍ਰਿਯੰਕਾ ਗਾਂਧੀ, ਕਿਹਾ ਮੈਨੂੰ ਵਿਰਾਸਤ 'ਚ ਪੈਸੇ ਨਹੀਂ, ਪਿਤਾ ਦੀ ਸ਼ਹਾਦਤ ਮਿਲੀ, ਪਿਤਾ ਦੇ ਟੁਕੜੇ ਲੈ ਕੇ ਆਈ ਸੀ ਘਰ। ਦਿੱਲੀ ਹਾਈ ਕੋਰਟ ਦੇ ਵਿੱਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਅੱਜ, ਟ੍ਰਾਇਲ ਕੋਰਟ ਤੋਂ ਨਹੀਂ ਮਿਲੀ ਸੀ ਜ਼ਮਾਨਤ, ਦਿੱਲੀ ਐਕਸਾਈਜ਼ ਨਿਧੀ ਨਾਲ ਜੁੜੇ ਕੇਸ ਦੇ ਵਿੱਚ ਗ੍ਰਿਫਤਾਰ ਨੇ ਮਨੀਸ਼ ਸਿਸੋਦੀਆ। ਉਹ ਚਿਹਰੇ ਜੋ ਜਾਣਦੇ ਨੇ ਪੰਜਾਬ ਦੀ ਨਬ, ਜੋ ਤੁਹਾਡੇ ਤੱਕ ਪਹੁੰਚਾਉਂਦੇ ਨੇ ਨਿਰਪੱਖ ਖਬਰਾਂ, ਜੋ ਹਿੰਮਤ ਰੱਖਦੇ ਨੇ ਸਵਾਲ ਪੁੱਛਣ ਦੀ, ਜਿਨ੍ਹਾਂ ਨੇ ਹਰ ਚੋਣਾਂ ਦੀ ਕਵਰੇਜ ਕੀਤੀ ਸਭ ਤੋਂ ਸਟੀਕ ਤੇ ਸਭ ਤੋਂ ਤੇਜ਼, ਜਿਨ੍ਹਾਂ ਦੀ ਪੰਜਾਬੀ ਕਰਦੇ ਨੇ ਭਰੋਸਾ। 24 ਦੀ ਚੋਣ ਅਖਾੜੇ 'ਚ ਵੀ ਅਸੀਂ ਤੁਹਾਡੇ ਭਰੋਸੇ 'ਤੇ ਉਤਰਾਂਗੇ ਖਰਾ। ਇਲੈਕਸ਼ਨ ਮਤਲਬ ਨਿਊਜ਼ 18, ਨਿਊਜ਼ 18 ਪੰਜਾਬ ਹਰਿਆਣਾ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਤੁਹਾਡੇ ਨਾਲ ਗੁਰਜੋਤ ਸੰਧੂ, ਉਮੀਦ ਹੈ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਵੋਗੇ। ਤਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਅਮੇਠੀ ਅਤੇ ਰਾਏ ਬਰੇਲੀ ਦੀ ਸੀਟ ਤੋਂ। ਅਮੇਠੀ ਅਤੇ ਰਾਏ ਬਰੇਲੀ ਦੀ ਸੀਟ ਨੂੰ ਲੈ ਕੇ ਸਸਪੈਂਸ ਲਗਾਤਾਰ ਬਰਕਰਾਰ ਹੈ। ਕਾਂਗਰਸ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ। ਅਮੇਠੀ ਤੋਂ ਰਾਏ ਬਰੇਲੀ ਦੇ ਲਈ ਨੋਮੀਨੇਸ਼ਨ ਦਾ ਅੱਜ ਅਖਰਲਾ ਦਿਨ ਹੈ। ਰਾਹੁਲ ਅਤੇ ਪ੍ਰਿਯੰਕਾ ਗਾਂਧੀ ਦੇ ਚੋਣ ਲੜਨ ਦੀਆਂ ਚਰਚਾਵਾਂ ਲਗਾਤਾਰ ਜਾਰੀ ਨੇ। ਦੋਵੇਂ ਸੀਟਾਂ ਨੂੰ ਲੈ ਕੇ ਦੇਰ ਰਾਤ ਸੋਨੀਆ ਗਾਂਧੀ ਦੇ ਘਰ ਮੀਟਿੰਗ ਵੀ ਹੋਈ ਹੈ। ਸੋਰਸਿਸ ਦੇ ਹਵਾਲੇ ਤੋਂ ਇਹ ਖਬਰ ਹੈ। ਤਾਂ ਦੱਸਦੀ ਕਿ ਅਮੇਠੀ ਤੋਂ ਦੁਬਾਰਾ ਰਾਹੁਲ ਗਾਂਧੀ ਚੋਣ ਲੜ ਸਕਦੇ ਨੇ। ਚਰਚਾਵਾਂ ਨੇ ਰਾਏ ਬਰੇਲੀ ਤੋਂ ਪ੍ਰਿਯੰਕਾ ਗਾਂਧੀ ਪਹਿਲੀ ਵਾਰ ਚੋਣ ਲੜ ਸਕਦੇ ਨੇ। ਹਾਲਾਂਕਿ ਇਹ ਦੋਵੇਂ ਸੀਟਾਂ ਜਿਹੜੀਆਂ ਨੇ ਗਾਂਧੀ ਪਰਿਵਾਰ ਹਮੇਸ਼ਾ ਲੜਦਾ ਆਇਆ ਹੈ ਔਰ ਉੱਥੋਂ ਦਾ ਇਤਿਹਾਸ ਇਹ ਗਵਾਹ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਗੜ ਮੰਨਿਆ ਜਾਂਦਾ ਹੈ ਗਾਂਧੀ ਪਰਿਵਾਰ ਦਾ ਇਹਨਾਂ ਦੋਵਾਂ ਸੀਟਾਂ ਨੂੰ, ਅਮੇਠੀ ਦੀ ਸੀਟ, ਰਾਏ ਬਰੇਲੀ ਦੀ ਸੀਟ। ਹਾਲਾਂਕਿ ਅਮੇਠੀ ਸੀਟ ਦਾ ਜ਼ਿਕਰ ਕਰੀਏ ਤਾਂ ਪਿਛਲੇ ਚੋਣਾਂ ਦੇ ਵਿੱਚ, ਪਿਛਲੀਆਂ ਚੋਣਾਂ 'ਚ 2019 'ਚ ਅਮੇਠੀ ਦੀ ਸੀਟ ਰਾਹੁਲ ਗਾਂਧੀ ਹਾਰ ਗਏ ਸਨ ਸਮ੍ਰਿਤੀ ਇਰਾਨੀ ਤੋਂ। 55,000 ਦੇ ਕਰੀਬ ਜਿਹੜੀ ਵੋਟ ਹੈ ਉਸਦੇ ਅੰਤਰ ਦੇ ਨਾਲ ਹਾਰੇ ਸਨ। ਤਾਂ ਇਸ ਵਾਰ ਸਸਪੈਂਸ ਅਜੇ ਤੱਕ ਬਰਕਰਾਰ ਹੈ। ਅੱਜ ਨੋਮੀਨੇਸ਼ਨ ਦਾ ਆਖਰੀ ਦਿਨ ਹੈ ਤਾਂ ਅਜੇ ਤੱਕ ਪੱਤੇ ਨਹੀਂ ਖੋਲ੍ਹੇ ਕਾਂਗਰਸ।
ਤਾਂ ਨਿਊਜ਼ 18 ਤੇ ਰਵਨੀਤ ਬਿੱਟੂ ਦਾ ਵੱਡਾ ਖੁਲਾਸਾ ਵੀ ਸਾਹਮਣੇ ਆਇਆ ਹੈ। ਰਾਹੁਲ ਗਾਂਧੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਖੁਲਾਸਾ ਇਹ ਹੈ ਕਿ ਰਾਹੁਲ ਨੇ ਬੇਅੰਤ ਸਿੰਘ ਦੇ ਕਾਤਲਾਂ ਨੂੰ ਮਾਫ ਕਰਨ ਦੀ ਸਲਾਹ ਦਿੱਤੀ ਸੀ। ਰਵਨੀਤ ਬਿੱਟੂ ਦਾ ਇਹ ਦਾਅਵਾ ਹੈ, ਉਹਨਾਂ ਕਿਹਾ ਕਿ ਮੈਂ ਰਾਹੁਲ ਗਾਂਧੀ ਦੀ ਸਲਾਹ ਜਿਹੜੀ ਹੈ ਉਹ ਰੱਦ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਮੈਨੂੰ ਇੰਦਰਾ ਗਾਂਧੀ ਦੀ ਟੀ ਸ਼ਰਟ ਪਾਉਣ ਨੂੰ ਕਿਹਾ ਗਿਆ ਸੀ, ਪਰ ਮੈਂ ਟੀ ਸ਼ਰਟ ਜਿਹੜੀ ਹੈ ਉਹ ਨਹੀਂ ਪਾਈ ਇੰਦਰਾ ਗਾਂਧੀ ਦੀ ਫੋਟੋ ਵਾਲੀ। ਮਾਂ ਤੁਜੇ ਸਲਾਮ, ਇੰਦਰਾ ਗਾਂਧੀ ਜੀ ਇਹਨਾਂ ਦੇ ਮਾਤਾ ਜੀ, ਜਿਨ੍ਹਾਂ ਨੇ ਪੰਜਾਬ ਦੇ ਨਾਲ ਪੰਜਾਬ ਦੇ ਸਭ ਤੋਂ ਵੱਡੇ ਸਾਡੇ ਗੁਰਦੁਆਰਾ ਸਾਹਿਬ ਉੱਥੇ ਤੋਪਾਂ ਨਾਲ ਗੋਲੀਆਂ ਨਾਲ ਇਹਨਾਂ ਨੇ ਹਮਲਾ ਕੀਤਾ ਸੀ। ਮੈਂ ਮੰਨਿਆ, ਮੈਂ ਵੀ ਕਾਂਗਰਸ 'ਚ ਹਾਂ, 10-15 ਸਾਲ ਰਿਹਾ ਉਸ ਵੇਲੇ ਜਿੱਦਾਂ ਇਹ ਟੀ ਸ਼ਰਟ ਪਾਈ ਸੀ ਇਹਨਾਂ ਨੇ। ਮੈਨੂੰ ਵੀ ਕਹਿੰਦੇ ਸੀ ਵੀ ਟੀ ਸ਼ਰਟ ਪਾਓ ਯੂਥ ਜਦੋਂ ਅਸੀਂ ਇਕੱਠੇ ਸੀ, ਪਰ ਮੈਂ ਕਿਹਾ ਕੁਛ ਕਰ ਲਓ ਇਹ ਪਾ। ਜਿਹੜੀ ਮਾਂ ਹੈ, ਮਾਂ ਤੁਜੇ ਸਲਾਮ, ਮੈਂ ਮਾਂ ਨਹੀਂ ਕਹਿ ਸਕਦਾ ਜਿਹਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਵਿੱਚੋਂ ਮਾਰੀ ਹੋਵੇ ਅਤੇ ਸਾਡੇ ਦੰਗੇ ਕੀਤੇ ਹੋਣ ਉਸ ਵੇਲੇ, ਸਾਡੇ ਸਿੱਖ ਪੰਜਾਬੀ ਲੱਭ ਲੱਭ ਕੋਹ ਕੋਹ ਮਾਰੇ ਹੋਣ ਸਾਰੇ ਦੇਸ਼ ਦੇ ਵਿੱਚ, ਅਤੇ ਅੱਜ ਤੱਕ ਉਹ ਲੋਕ ਭੁੱਲ ਜਾਣਗੇ ਇਹ ਗੱਲਾਂ। ਅਤੇ ਇਹ ਰਾਜਾ ਬੜਿੰਗ ਸਾਹਿਬ ਉਹਨਾਂ ਨੂੰ ਆਪਣੀ ਮਾਂ ਟੀ ਸ਼ਰਟ ਪਾ ਕੇ ਕੀ ਕਹਿੰਦੇ, ਸਾਨੂੰ ਬਹੁਤ ਵੱਡਾ ਕ੍ਰੈਡਿਟ ਮਿਲੂਗਾ, ਬਹੁਤ ਵੱਡੀ ਸਿੱਖਾਂ 'ਚ ਸਾਡੀ ਗੱਲ ਜਾਊਗੀ, ਤੂੰ ਆਪਣੇ ਦਾਦਾ ਜੀ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਤੂੰ ਜਲਦੀ ਤੋਂ ਜਲਦੀ ਮਾਫ਼ੀ ਦੇ, ਕਾਂਗਰਸ ਦੇ ਖਾਤੇ 'ਚ ਇਹ ਗੱਲ ਪਵਾ। ਮੈਂ ਕਿਹਾ ਜੀ ਮੈਂ ਆਪ ਕਰੂੰਗਾ ਤਾਂ ਕਰੂੰਗਾ, ਮੈਂ ਕਾਂਗਰਸ ਦੇ ਲਈ ਇਹ ਗੱਲ ਕਿਉਂ ਕਰਾਂ। ਸਰਦਾਰ ਬੇਅੰਤ ਸਿੰਘ ਨੇ ਕਨਾਵਾਨੀ ਦਿੱਤੀ, ਉਹ ਪੰਜਾਬ ਲਈ ਦਿੱਤੀ। ਕਿਹਨੇ ਕਿਹਾ ਤੁਹਾਨੂੰ ਇਹ ਗੱਲ? ਇਹ ਕਾਂਗਰਸ ਪਾਰਟੀ ਨੇ, ਰਾਹੁਲ ਗਾਂਧੀ। ਮੈਂ ਹੁਣ ਤੁਸੀਂ ਸਮਝ ਲਓ ਹੁਣ ਹਰ ਗੱਲ ਨਹੀਂ ਦੱਸ ਦਿਓ, ਰਾਹੁਲ ਗਾਂਧੀ ਨੇ ਤੁਹਾਨੂੰ ਇਹ ਗੱਲ ਕਹੀ? ਇਹ ਸਾਰੀ ਕਾਂਗਰਸ ਪਾਰਟੀ, ਹਾਂ, ਇਹਦੇ ਵਿੱਚ ਇਕੱਲਾ ਨਹੀਂ ਸੀ, ਸਾਰੀ ਸੀਨੀਅਰ ਲੀਡਰਸ਼ਿਪ ਕੀ ਕਹਿ ਰਹੇ ਸੀ? ਆਪਣੇ ਪੰਜਾਬ ਦੇ ਲੀਡਰ ਵੀ ਉਹਦੇ ਵਿੱਚ, ਬੇਅੰਤ ਸਿੰਘ ਹੋਰਾਂ ਦਾ ਜਿਹਨੇ ਕਤਲ ਕੀਤਾ ਉਹਨਾਂ ਨੂੰ ਮਾਫ਼ੀ ਦਿਓ, ਔਰ ਤਰੀਕੇ ਨਾਲ ਕਰੋ ਵੀ ਜਿਹਦੇ ਨਾਲ ਕ੍ਰੈਡਿਟ ਜਿਹੜਾ ਏ ਉਹ ਕਾਂਗਰਸ ਪਾਰਟੀ ਨੂੰ ਮਿਲੇ, ਵੀ ਅਸੀਂ ਵੀ ਜਿਹੜਾ ਏ ਉਹ ਇਸੇ ਕਰਕੇ ਜਿਹੜੀ ਮਾਫ਼ੀ, ਕਿਉਂਕਿ ਉਹ ਤਾਂ ਐਵੇਂ ਨੇ ਜਿਹੜੇ ਇੱਕ ਦੋ ਜਿਹਨਾਂ ਨੂੰ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਜਿਹਨਾਂ ਨੂੰ ਇਹ ਮਾਫ਼ ਕੀਤਾ ਏ, ਸਿਰਫ ਕ੍ਰੈਡਿਟ ਵਾਰ, ਹੋਰ ਕੋਈ ਗੱਲ ਨਹੀਂ। ਵੀ ਇਹ ਤਾਂ ਸਾਨੂੰ ਫਾਇਦਾ, ਕਿਹੜੇ ਸਾਲ ਦੀ ਗੱਲ ਹੈ, ਕਦੋਂ ਦੀ ਗੱਲ? ਇਹ ਤਕਰੀਬਨ ਇਹ ਗੱਲ ਤਾਂ ਜਿਹੜੀ ਆ ਏ ਇਹ ਤਾਂ 19 ਤੋਂ ਬਾਅਦ ਦੀ ਗੱਲ ਆ, ਉਹ ਗੱਲ ਆ ਜਿਹੜੀ ਤਕਰੀਬਨ 19 ਤੋਂ ਪਹਿਲਾਂ ਦੀ ਗੱਲ। ਤੁਸੀਂ ਮਨਾ ਕਰ ਦਿੱਤਾ 100%? ਮੈਂ ਤਾਂ ਇਹੀ ਕਹਿ ਰਿਹਾ ਨਾ ਵੀ ਇਹ ਲੋਕ ਦੇਖਣਗੇ ਵੀ ਗਦਾਰ ਕੌਣ ਆ। ਅੱਗੇ ਵਧਾਂਗੇ ਤਾਂ ਬਿੱਟੂ ਦੇ ਖੁਲਾਸੇ ਤੇ ਰਾਜਾ ਵੜਿੰਗ ਨੇ ਸਲਾਹ ਦਿੱਤੀ ਹੈ। ਬਿੱਟੂ ਨੂੰ ਸਲਾਹ, ਜਿਸ ਥਾਲੀ ਦੇ ਵਿੱਚ ਖਾਧਾ ਉਸ ਦੇ ਵਿੱਚ ਛੇਕ ਨਾ ਕਰੋ, ਰਾਜਾ ਵੜਿੰਗ ਨੇ ਕਿਹਾ ਹੈ। ਤਾਂ ਬਿੱਟੂ ਨੇ ਕਾਂਗਰਸ ਦੇ ਵਿੱਚ ਰਹਿ ਕੇ ਬਹੁਤ ਕੁਝ ਮਾਣਿਆ। ਵੜਿੰਗ ਨੇ ਕਿਹਾ ਕਿਸੇ ਨੇ ਕਿਸੇ ਤੇ ਦਬਾਅ ਨਹੀਂ ਪਾਇਆ। ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ ਸ਼ਰਟ ਤੇ ਵੜਿੰਗ ਕੁਝ ਨਹੀਂ ਬੋਲੇ। ਮੈਂ ਕੁਝ ਨਹੀਂ ਕਹਿੰਦਾ,
ਮੇਰੇ ਨਿਊ ਰਵਨੀਤ ਸਿੰਘ ਬਿੱਟੂ ਚੜ੍ਹਦੀ ਕਲਾ 'ਚ ਰਵੇ, ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ, ਲੰਬੀਆਂ ਉਮਰਾਂ ਬਖਸ਼ੇ। ਸਰਦਾਰ ਬੇਅੰਤ ਸਿੰਘ ਦਾ ਪੋਤਾ, ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਉਸੇ ਉਹਨਾਂ ਤੋਂ ਸਾਰੀਆਂ ਸਾਰਾ ਕੁਝ ਮਾਣਿਆ, ਉਹ ਮੈਨੂੰ ਕੁਝ ਸਵਾਲ ਨਾ ਕਰੇ, ਉਹ ਚੜ੍ਹਦੀ ਕਲਾ 'ਚ ਰਵੇ, ਉਹ ਜੋ ਕਹਿਣਾ ਉਹ ਕਵੇ। ਸਰ ਬਿੱਟੂ ਨੇ ਇੱਕ ਹੋਰ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮਾਫ਼ ਕੀਤਾ ਗਿਆ, ਉਸ ਤਰ੍ਹਾਂ ਬੇਅੰਤ ਸਿੰਘ ਦੇ ਬੇਟੇ ਸਰਦਾਰ ਤੇਜ ਪ੍ਰਕਾਸ਼ ਸਿੰਘ ਕਾਂਗਰਸ ਪਾਰਟੀ 'ਚ ਹੈ, ਗੁਰਕੀਰਤ ਸਿੰਘ ਕੋਟਲੀ ਕਾਂਗਰਸ ਪਾਰਟੀ 'ਚ ਹੈ। ਮੈਂ ਹਰ ਵਾਰੀ ਜਿਹੜੇ ਜਾਣ ਵਾਲੇ ਲੋਕਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਜਾ ਰਹੇ, ਕਿ ਯਾਰ ਇਹ ਗੱਲ ਨਾ ਕਰੋ, ਜਿਸ ਪਾਰਟੀ ਨੇ ਜਿਸ ਥਾਲੀ 'ਚ ਖਾਧਾ ਉਹਦੇ 'ਚ ਛੇਦ ਨਾ ਕਰੋ। ਤੁਸੀਂ ਇਹ ਕਹੋ ਕਿ ਯਾਰ ਸਾਨੂੰ ਨਵੀਂ ਪਾਰਟੀ ਦੇ ਵਿੱਚ ਨਵੀਂ ਉਮੀਦ ਮਿਲੀ ਹੈ, ਸ਼ਾਇਦ ਉੱਥੇ ਸਾਡਾ ਫਿਊਚਰ ਜ਼ਿਆਦਾ ਵਧੀਆ ਹੋਵੇ। ਅਸੀਂ ਧੰਨਵਾਦੀ ਹਾਂ ਕਾਂਗਰਸ ਪਾਰਟੀ ਦੇ, ਅਤੇ ਹੁਣ ਅਸੀਂ ਨਵੀਂ ਪਾਰਟੀ ਜਾ ਰਹੇ ਹਾਂ। ਤਾਂ ਲੁਧਿਆਣਾ ਦੇ ਅਖਾੜੇ 'ਚ ਹੁਣ ਰਾਜਾ ਵੜਿੰਗ ਵੀ ਉਤਰ ਗਏ ਨੇ, ਔਰ ਵੜਿੰਗ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ ਬੇਅੰਤ ਸਿੰਘ ਨੂੰ ਨਮਨ ਕਰਕੇ, ਜੋ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੈ। ਲੁਧਿਆਣਾ ਲੋਕ ਸਭਾ ਸੀਟ ਦੀ ਜੰਗ ਦਿਲਚਸਪ ਹੋ ਗਈ ਹੈ। ਇੱਥੇ ਸਾਬਕਾ ਕਾਂਗਰਸੀ ਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਦੇ ਵਿਚਾਲੇ ਮੁਕਾਬਲਾ ਹੈ। ਟਿਕਟ ਮਿਲਣ ਤੋਂ ਬਾਅਦ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰਾਜਾ ਵੜਿੰਗ ਨੇ ਚੰਡੀਗੜ੍ਹ ਕਾਂਗਰਸ ਦਫ਼ਤਰ ਦੇ ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਨਮਨ ਕੀਤਾ। ਵੜਿੰਗ ਦੀ ਇਹ ਤਸਵੀਰ ਇਸ ਲਈ ਕਾਫ਼ੀ ਅਹਿਮ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਮੁਕਾਬਲਾ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਦੇ ਨਾਲ ਹੈ, ਜੋ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਨੇ ਅਤੇ ਬੀਜੇਪੀ ਦੀ ਟਿਕਟ ਉੱਤੇ ਚੋਣ ਲੜ ਰਹੇ ਨੇ। ਜਿਵੇਂ ਹੀ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਵੜਿੰਗ ਨੇ ਲੁਧਿਆਣਾ ਦੀ ਧਰਤੀ 'ਤੇ ਪੈਰ ਰੱਖਿਆ ਤਾਂ ਉਹਨਾਂ ਦੀ ਜ਼ੁਬਾਨ 'ਤੇ ਬਸ ਇੱਕੋ ਨਾਮ ਸੀ, ਰਵਨੀਤ ਬਿੱਟੂ। ਰਾਜਾ ਵੜਿੰਗ ਵਫਾਦਾਰੀ ਦਾ ਨਾਂ, ਰਾਤ ਨੂੰ 3 ਵਜੇ ਸੱਦੋਗੇ, ਮੈਂ ਬਿੱਟੂ ਵਾਂਗੂ ਟੈਲੀਫੋਨ ਨਹੀਂ ਚੱਕਣਾ, ਜਿਵੇਂ ਜਿਵੇਂ ਹੋ ਨਹੀਂ ਸਕਦਾ। ਰਾਜਾ ਵੜਿੰਗ ਰਾਤ ਨੂੰ 3 ਵਜੇ ਵੀ ਆਪਣੇ ਵਰਕਰ ਦੇ ਨਾਲ ਸਿੱਧਾ ਹੰਦੇ ਵਾਲ ਸਕਦਾ, ਰਾਤ ਨੂੰ 2 ਵਜੇ ਵੀ ਸਿੱਧਾ ਹੰਦੇ ਵਾਲ ਸਕਦੇਗਾ। ਉਹ ਬਿੱਟੂ ਜੀ, ਲੁਧਿਆਣਾ ਦੇ ਲੋਕ ਤੰਸ ਕੇ, ਲੁਧਿਆਣਾ ਦੇ ਲੋਕ ਤੰਸ ਕੇ ਕਿ ਬਿੱਟੂ ਸਾਡਾ ਟੈਲੀਫੋਨ ਚੱਕੇਗਾ, ਬਿੱਟੂ ਸਾਡੀ ਗੱਲ ਸੁਣੇਗਾ, ਲੇਕਿਨ ਕਿਸੇ ਦੀ ਬਾਤ ਨਹੀਂ ਸੁਣੀ। ਤੁਸੀਂ ਪੁੱਛੀ, ਵੜਿੰਗ ਨੇ ਬਿੱਟੂ ਤੇ ਸ਼ਬਦੀ ਵਾਰ ਕੀਤੇ ਤਾਂ ਫਿਰ ਬਿੱਟੂ ਨੇ ਵੀ ਪਲਟਵਾਰ ਕਰਦਿਆਂ ਦੇਰ ਨਹੀਂ ਲਾਈ। ਬਿੱਟੂ ਨੇ ਵੜਿੰਗ ਦੇ ਲੁਧਿਆਣਾ ਤੋਂ ਚੋਣ ਲੜਨ ਪਿੱਛੇ ਪ੍ਰਤਾਪ ਸਿੰਘ ਬਾਜਵਾ ਦਾ ਹੱਥ ਦੱਸਿਆ। ਅੱਜ ਟਿਕਟ ਨਹੀਂ ਦਿੱਤੀ, ਮੈਨੂੰ ਇਹ ਦੱਸੋ ਵੀ ਜਿਹੜਾ ਵੀ ਬੰਦਾ ਉਰੇ ਪਾਰਟੀ ਲੁਧਿਆਣੇ 'ਚ ਕੋਈ ਵੀ ਕਾਬਲ ਨਹੀਂ ਸੀ, ਕਿਸੇ ਦਾ ਕੱਦ ਨਹੀਂ ਸੀ ਟਿਕਟ ਮਿਲਣ ਦਾ, ਇਸ ਕਰਕੇ ਇਹ ਪ੍ਰਤਾਪ ਸਿੰਘ ਬਾਜਵਾ ਜੀ ਸੁੱਖੀ ਰੰਧਾਵਾ ਜੀ ਨੂੰ ਉੱਥੇ ਭੇਜਤਾ। ਇਹ ਬਹੁਤ ਸ਼ੈਤਾਨ ਨੇ, ਇਹਨਾਂ ਨੇ ਉੱਥੇ ਕਹਿਤਾ ਮੈਂ ਲੁਧਿਆਣੇ ਬੈਠੂੰਗਾ, ਕਿਉਂਕਿ ਇਹਨਾਂ ਦੀ ਕੰਸਟੀਚੁਐਂਸੀ ਹੈ ਜਿਹੜੀ, ਉੱਥੇ ਤੋਂ ਇੱਕ ਤਾਂ ਜਾਣਾ ਨਹੀਂ ਪਊ, ਉੱਥੇ ਸੁੱਖੀ ਰੰਧਾਵੇ ਨੂੰ ਮਾਂਝਣਗੇ ਕਿਉਂਕਿ ਪੁਰਾਣੀ ਟਾਈ ਆ, ਅਤੇ ਉੱਥੇ ਕੰਪੇਨ ਕਰਨੀ ਨਹੀਂ ਪਊ ਕਿਉਂਕਿ MP ਰਹੇ ਆ ਪਹਿਲਾਂ, ਅਤੇ ਉੱਥੇ ਕੰਪੇਨ ਲੁਧਿਆਣੇ 'ਚ ਕਿਉਂਕਿ ਅੱਖ ਪ੍ਰਧਾਨਗੀ 'ਤੇ ਆ। ਰਾਜਾ ਜੀ ਇੱਥੇ ਹੋਰ ਬਣਦੇ ਬਣਦੇ ਆਪਣੀ ਚੀਜ਼ ਆ ਜਿਹੜੀ ਉਹ ਸਾਂਭ ਕੇ ਰੱਖੋ, ਪਿੱਛੋਂ ਉਹ ਨਾ ਖਿੱਚੀ ਜਾਵੇ, ਕਿਉਂਕਿ ਇੱਕ ਤਾਂ ਉਹ ਕਹਿ ਚਾਹੁੰਦਾ ਪ੍ਰਧਾਨ ਤੋਂ ਹਟਾਉਣਾ, ਪ੍ਰਤਾਪ ਬਾਜਵਾ ਜੀ ਰਾਜਾ ਵੜਿੰਗ ਨੂੰ ਪ੍ਰਤਾਪ ਬਾਜਵਾ ਪ੍ਰਧਾਨਗੀ ਤੋਂ ਹਟਾਉਣਾ, ਇਸੇ ਕਰਕੇ ਤਾਂ ਟਿਕਟ ਦਿੱਤੀ ਆ ਜਿਹੜਾ ਮਾਂਝਾ ਫੇਰਨਾ। ਲੁਧਿਆਣਾ ਦੇ ਨਾਲ ਲੱਗਦੇ ਸਾਹਨੇਵਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਸਨ, ਭਾਵੇਂ ਪ੍ਰਚਾਰ ਫਤਿਹਗੜ੍ਹ ਸਾਹਿਬ ਸੀਟ ਲਈ ਕਰ ਰਹੇ ਸਨ, ਪਰ ਉਹਨਾਂ ਦੇ ਨਿਸ਼ਾਨੇ ਤੇ ਰਵਨੀਤ ਬਿੱਟੂ ਸਨ। ਸੀਐਮ ਮਾਨ ਨੇ ਕਿਹਾ ਕਿ ਬਿੱਟੂ ਲੁਧਿਆਣਾ ਦੀ ਲੜਾਈ ਦੇ ਵਿੱਚ ਚੌਥੇ ਜਾਂ 5ਵੇਂ ਨੰਬਰ ਦੇ ਪਲੇਅਰ ਨੇ। ਇਹ ਅਫਵਾਹਾਂ ਬਹੁਤ ਫੈਲਾਉਣਗੇ, ਹੁਣ
ਆ ਪਿੱਛੇ ਜੇ ਅਫਵਾਹ ਫੈਲਾਈ ਹੈ, ਅੱਗੇ ਜਿਹੜਾ ਬਿੱਟੂ ਹੈ ਉਹ ਭਗਵੰਤ ਮਾਨ ਦਾ ਦੋਸਤ ਹੈ, ਉਹਦਾ ਬਿੱਟੂ ਨੂੰ ਭਗਵੰਤ ਮਾਨ ਜਿਤਾਊਗਾ। ਮੇਰੇ ਵੀਰੋ, ਆਪਣੀ ਖੂਨ ਪਸੀਨੇ ਨਾਲ ਪਾਰਟੀ ਬਣਾਈ ਹੈ ਆਮ ਆਦਮੀ ਪਾਰਟੀ, ਅਸੀਂ ਉਹ ਕੰਮ ਹਰਕਤਾਂ ਨਹੀਂ ਕਰਦੇ ਕਿ ਕਿਸੇ ਨੂੰ ਆਪਦੇ ਬੰਦਿਆਂ ਨੂੰ ਹਰਾਈਏ ਜਾਂ ਫਲਾਂ ਧਮਕਾ। ਬਿੱਟੂ ਨੂੰ ਕਹਿ ਦਿਓ ਕਿ ਚੌਥੇ ਨੰਬਰ ਤੇ ਆਉਣਾ ਜਾਂ ਪੰਜਵੇਂ ਨੰਬਰ ਤੇ, ਇਸ ਗੱਲ ਦੀ ਮਿਹਨਤ ਕਰ ਲਾ, ਬਾਕੀ ਕੰਮ ਛੱਡ ਦੇ। ਰਾਜਾ ਵੜਿੰਗ ਦੇ ਲੁਧਿਆਣਾ ਸੀਟ ਤੇ ਉਤਰਨ ਦੇ ਨਾਲ ਮੁਕਾਬਲਾ ਦਿਲਚਸਪ ਹੋ ਗਿਆ। ਲੁਧਿਆਣਾ ਦਾ ਸਿਆਸੀ ਪਾਰਾ ਆਪਣੇ ਸਿਖਰ ਤੇ ਹੈ। ਲੋਕ ਸਭਾ ਦੀ ਜੰਗ ਵੜਿੰਗ ਜਾਂ ਬਿੱਟੂ ਜਿੱਤੇਗਾ ਜਾਂ ਫਿਰ ਕੋਈ ਹੋਰ ਬਾਜੀ ਮਾਰੇਗਾ, ਇਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਬਿਊਰੋ ਰਿਪੋਰਟ ਸਿਟੀ। ਉਧਰ ਲੁਧਿਆਣਾ ਦੇ ਵਿੱਚ ਰੋਡ ਸ਼ੋਅ ਕੱਢਣ ਤੋਂ ਬਾਅਦ ਰਾਜਾ ਵੜਿੰਗ ਨੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਦੌਰਾਨ ਕਲਾਕਾਰ ਬਲਰਾਜ ਜਗਰਾਓ ਨੇ ਇੱਕ ਗਾਣਾ ਵੀ ਸੁਣਾਇਆ ਜਿਸ ਨੂੰ ਰਾਜਾ ਵੜਿੰਗ ਨੇ ਸਾਂਝਾ ਕੀਤਾ ਤੇ ਕਿਹਾ ਕਿ ਤੁਹਾਡੇ ਇਸ ਪਿਆਰ ਦਾ ਮੈਂ ਹਮੇਸ਼ਾ ਕਰਜ਼ਦਾਰ ਰਹਾਂਗਾ। ਸਾਰਿਆਂ ਨੇ ਕਹਿਣਾ ਤੁਸੀਂ ਭੈਣਾ ਅਤੇ ਭਾਈ ਨੂੰ ਐਮਪੀ ਬਣਾਉਣਾ, ਆਪਾਂ ਸਾਰਿਆਂ ਨੇ ਰਲ ਕੇ ਰਾਜਾ ਵੜਿੰਗ ਬਾਈ ਨੂੰ, ਰਾਜਾ ਵੜਿੰਗ ਬਾਈ ਨੂੰ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਕੇ ਵਿਖਾਊਗਾ। ਲੋਕ ਸਭਾ ਵਿੱਚ ਮੁੱਦੇ ਤੁਹਾਡੇ ਹਾਈ ਉਠਾਊਗਾ, ਲੋਕ ਸਭਾ ਵਿੱਚ ਮੁੱਦੇ ਤੁਹਾਡੇ ਹਾਈ ਉਠਾਊਗਾ। ਦੇ ਦਿਓ ਜੀ ਮੌਕਾ ਕਾਂਗਰਸ ਤੇ ਛੁਪਾਈ ਨੂੰ ਐਮਪੀ ਬਣਾਉਣਾ, ਆਪਾਂ ਸਾਰਿਆਂ ਨੇ ਰਲ ਕੇ ਰਾਜਾ ਵੜਿੰਗ ਬਾਈ ਨੂੰ, ਰਾਜਾ ਵੜਿੰਗ ਬਾਈ ਨੂੰ ਮਿਲੂ ਹੱਕ ਮਜ਼ਦੂਰ ਨੂੰ, ਖਾਊ ਰੱਜ ਕੇ ਹੈ ਰੋਟੀ ਨੂੰ, ਸਾਡਾ ਕਿਰਸਾਨ ਸ਼ੂਬੂ ਅੰਬਰਾਂ ਦੀ ਚੋਟੀ ਨੂੰ, ਸਾਡਾ ਕਿਰਸਾਨ ਸ਼ੂਬੂ ਅੰਬਰਾਂ ਦੀ ਚੋਟੀ ਨੂੰ, ਕਰੂ ਤੁਕਣਾ ਹੈ ਅੰਨਦਾਤਾ ਆਪਣੀ ਕਮਾਈ ਨੂੰ, ਐਮਪੀ ਬਣਾਉਣਾ ਆਪਾਂ ਸਾਰਿਆਂ ਨੇ ਰਲ ਕੇ ਰਾਜਾ ਵੜਿੰਗ ਬਾਈ ਨੂੰ, ਰਾਜਾ ਵੜਿੰਗ ਬਾਈ ਨੂੰ। ਉਧਰ ਸੁਖਬੀਰ ਬਾਦਲ ਨੇ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਾਕਤ ਝੋਕੀ ਹੈ। ਖੰਨਾ ਦੇ ਵਿੱਚ ਪਾਰਟੀ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕੀਤਾ ਗਿਆ, ਬਿਕਰਮਜੀਤ ਖਾਲਸਾ ਦੇ ਲਈ ਸਮਰਥਨ ਮੰਗਿਆ ਗਿਆ ਹੈ। ਸੁਖਬੀਰ ਬਾਦਲ ਨੇ ਦੱਸਿਆ ਕਿ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਤਜਰਬੇ ਕਰਨੇ ਬੰਦ ਕਰੋ ਔਰ ਪੰਜਾਬ ਦੀ ਮਾਂ ਪਾਰਟੀ ਨੂੰ ਚੁਣੋ, ਪੰਜਾਬ ਦਾ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕੀਤਾ। ਕਿ ਆਪਾਂ ਤਜਰਬੇ ਕਿਉਂ ਕਰਦੇ ਰਹਿੰਦੇ ਹਾਂ? ਆਹ ਗੁਜਰਾਤ ਚਲੇ ਜਾਓ, ਪਿਛਲੇ 30 ਸਾਲ ਤੋਂ ਮੋਦੀ ਸਾਹਿਬ ਵੋਟਾਂ ਪਾਈ ਜਾਂਦੇ ਆ, ਤਜਰਬੇ ਨਹੀਂ ਕਰਦੇ। ਆਹ ਝਾੜੂ ਵਾਲੇ ਵੀ ਉੱਥੇ ਝੂਠ ਬੋਲਣ ਗਏ ਸੀ, ਉਹਨਾਂ ਨੂੰ ਪਤਾ ਕਿ ਜੋ ਕਰਨ ਵਾਲਾ ਜਿਹਨੇ ਡਿਵੈਲਪਮੈਂਟ ਕਰਾਈ ਹੈ ਸਾਡਾ ਦੇਖ ਰੇਖ ਕਰਨ ਵਾਲਾ ਮੋਦੀ ਸਾਹਿਬ ਲੋੜ ਹੀ ਨਹੀਂ। ਇੱਥੇ ਤੁਹਾਨੂੰ ਪਤਾ ਕਿ ਤੁਹਾਡਾ ਦੇਖ ਰੇਖ ਕੰਮ ਕਰਨ ਵਾਲਾ, ਤੁਹਾਡੀ ਲੜਾਈ ਲੜਨ ਵਾਲਾ, ਤੁਹਾਡੀ ਫੌਜ ਅਕਾਲੀ ਦਲ ਨਹੀਂ। ਇਹਨੂੰ ਐਤਕੀ ਛੱਡੋ, ਆਪਾਂ ਤਜਰਬੇ ਕਰ ਲਓ। ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਝੂਠੀ ਸੌਂਹ ਖਾਧੀ, ਸਾਰੇ ਬੋਲੋ ਖਾ ਗਏ। ਹੁਣ ਝਾੜੂ ਵਾਲੇ ਕਿਹਾ ਕਿ 5 ਸਾਲ ਇਹਨੂੰ ਕਹਿੰਦੇ, 10 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਖਰਾਬ ਕਰਤੇ, ਜਿਹੜਾ 50 ਸਾਲ 60 ਸਾਲ ਦਾ ਹੋ ਕੇ ਹੋ ਜਾਊਗਾ, ਜੇ ਹੋਰ ਮੈਨੂੰ ਲੱਗਦਾ ਹੋਰ ਵੀ ਕੋਈ ਆਜੂਗਾ ਉਹਨੂੰ ਵੀ ਦੇ ਦੋਗੇ 5 ਸਾਲ ਤਜਰਬੇ। ਜੇ ਮੈਂ ਤੈਨੂੰ ਆਹੀ ਬੇਨਤੀ ਕਰਨਾ, ਜੇ ਹੁਣ ਨਾ ਆਪਾਂ ਜਾਗੇ ਪੰਜਾਬੀਓ, ਜੇ ਹੁਣ ਨਾ ਜਾਗੇ ਬਹੁਤ ਲੇਟ ਹੋ ਜਾਊਗਾ। ਬਚਾ ਲਓ ਪੰਜਾਬ ਨੂੰ, ਬਚਾ ਲਓ ਪੰਜਾਬ ਨੂੰ। ਜਿਵੇਂ ਇਹਨਾਂ ਨੇ ਨੈਸ਼ਨਲ ਪਾਰਟੀਆਂ ਨੇ ਬਾਰਡਰ ਤੇ ਆਪਣੇ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਨਾ, ਉੱਥੇ ਬਾਰਡਰ ਰੋਕ ਕੇ ਉੱਥੇ ਬੰਬ ਸਿੱਟੇ,
ਸੀਲ ਕਰਤਾ ਪੰਜਾਬ, ਤੁਸੀਂ ਵੀ 1 ਜੂਨ ਨੂੰ ਆਪਣੇ ਪੰਜਾਬ ਦੇ ਬਾਰਡਰ ਬੰਦ ਕਰ ਦਿਓ ਕਿ ਦਿੱਲੀ ਵਾਲੀਆਂ ਪਾਰਟੀ ਨੂੰ ਅਸੀਂ ਇੱਕ ਵੋਟ ਨਹੀਂ ਪਾਉਣੀ, ਪਾਉਣੀ ਆਪਣੇ ਪੰਜਾਬੀਆਂ ਦੀ ਪਾਰਟੀ, ਆਪਣੇ ਪੰਜਾਬੀਆਂ ਦੀ ਪਾਰਟੀ ਹੈ, ਆਪਣੀ ਕੌਮ ਦੀ ਪਾਰਟੀ, ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ। ਅੱਗੇ ਵਧਾਂਗੇ ਤਾਂ ਦਲਵੀਰ ਗੋਲ ਜੀ ਦਾ ਸੁਖਪਾਲ ਖਹਿਰਾ ਤੇ ਵੱਡਾ ਇਲਜ਼ਾਮ ਸਾਹਮਣੇ ਆਇਆ ਹੈ। ਖਹਿਰਾ ਨੇ ਉਹਨਾਂ ਕਿਹਾ ਕਿ ਮੈਨੂੰ ਕਦੇ ਮੀਟਿੰਗਾਂ ਦੇ ਲਈ ਨਹੀਂ ਸੱਦਿਆ ਹੈ, ਮੈਨੂੰ ਇਹਨਾਂ ਨੇ ਬਾਹਰ ਕਰ ਦਿੱਤਾ, ਗੋਲਡੀ ਨੇ ਕਿਹਾ ਹੈ। ਧੂਰੀ ਹਲਕੇ ਦੀ ਮੀਟਿੰਗ ਦੇ ਲਈ ਵੀ ਮੈਨੂੰ ਖਹਿਰਾ ਨੇ ਨਹੀਂ ਸੱਦਿਆ। ਖਹਿਰਾ ਦੱਸਣ ਕਿ ਉਹ ਕਿਸ ਨੂੰ ਧੋਖਾ ਦੇਣਗੇ ਔਰ ਖਹਿਰਾ ਸੰਗਰੂਰ ਜਾਂ ਭੁਲੱਥ ਦੇ ਲੋਕਾਂ ਨੂੰ ਧੋਖਾ ਦੇਣਗੇ, ਗੋਲਡੀ ਨੇ ਪੁੱਛਿਆ ਹੈ, ਤਾਂ ਖਹਿਰਾ ਸੰਗਰੂਰ ਦੇ ਲੋਕਾਂ ਨੂੰ ਵੰਡਣ ਆਏ। ਤਾਂ ਦੱਸੀਏ ਕਿ ਗੋਲਡੀ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਦੂਜੀ ਗੱਲ ਮੈਂ ਛੱਡੀ ਗਿਆ, ਇਹ ਕਹਿੰਦੇ ਨੇ ਟਿਕਟ ਪਿੱਛੇ, ਟਿਕਟ ਤੱਕ ਮਸਲੇ ਖਤਮ ਹੋ ਗਿਆ ਸੀ ਜਦੋਂ ਮੈਂ ਖਹਿਰਾ ਸਾਹਿਬ ਨੂੰ ਘਰੇ ਬੁਲਾ ਲਿਆ ਸੀ, ਉਹਨਾਂ ਦੀ ਆਗਾਜ਼ ਕਰਤਾ ਸੀ ਚੋਣ ਦਾ। ਪਰ ਉਸ ਤੋਂ ਬਾਅਦ ਆਪਾਂ ਸੰਗਰੂਰ ਜ਼ਿਲ੍ਹੇ ਵਾਲੇ ਨੇਮ ਧਰਮ ਤੇ ਯਕੀਨ ਕਰਦੇ ਹਾਂ, ਖਹਿਰੇ ਤੋਂ ਨੇਮ ਕਰਵਾਓ ਵੀ ਮੈਂ ਜ਼ਿਲ੍ਹਾ ਪ੍ਰਧਾਨ ਸੀ 5 ਹਲਕਿਆਂ ਦਾ, ਕਿਸੇ ਇੱਕ ਹਲਕੇ ਦੇ ਵਿੱਚ ਵੀ ਇਹਨੇ ਮੈਨੂੰ ਕਾਲ ਕਰੀ ਹੋਵੇ ਵੀ ਅੱਜ ਆ ਜਾਓ ਪ੍ਰੋਗਰਾਮ ਤੇ, ਉੱਥੇ ਦੇ ਜਿਹੜੇ ਹਲਕੇ ਵਾਲੇ ਸੀ ਉਹੀ ਮੈਨੂੰ ਸਿਰਫ ਕਾਲ ਕਰਦੇ ਸੀ, ਇਹਨੇ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਸਮਝੀ। ਜਿਹੜੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਅੱਜ ਕਹਿ ਰਿਹਾ ਨਾ, ਇੱਕ ਇੱਕ ਬੂਥ ਤੇ ਜਾ ਕੇ ਅਸੀਂ ਨੇ ਟੀਮ ਜੋੜੀ, ਪੂਰਾ ਜ਼ਿਲ੍ਹਾ ਚਲਾਇਆ, ਸਭ ਤੋਂ ਵੱਡੀ ਬਾਡੀ ਬਣਾਈ ਜ਼ਿਲ੍ਹੇ ਦੀ, 2 ਸਾਲ ਇਹ ਮਿਹਨਤ ਕਰੀ ਬੜੇ ਵਧੀਆ ਤਰੀਕੇ ਨਾਲ, ਠੀਕ ਹੈ। ਤੇ ਉਸ ਤੋਂ ਬਾਅਦ ਉਹੀ ਜਗ੍ਹਾ ਦੇ ਉੱਤੇ ਟਿਕਟ ਮੈਂ ਛੱਡਤੀ, ਕੋਈ ਗੱਲ ਨਹੀਂ, ਬਟ ਮੈਨੂੰ ਉਹ ਫੰਕਸ਼ਨਾਂ 'ਚ ਵੀ ਬੁਲਾਉਣਾ ਇਹ ਮੁਨਾਸਿਬ ਨਹੀਂ ਸਮਝ ਰਿਹਾ। ਉਸ ਤੋਂ ਬਾਅਦ ਹੱਦ ਤਾਂ ਉਸ ਦਿਨ ਹੋ ਗਈ ਜਿਸ ਦਿਨ ਧੂਰੀ ਦਾ ਪ੍ਰੋਗਰਾਮ ਰੱਖ ਲਿਆ, ਮੈਨੂੰ ਸ਼ਾਮ ਨੂੰ ਪਤਾ ਲੱਗਿਆ ਕਿ ਕੱਲ੍ਹ ਨੂੰ ਖਹਿਰਾ ਸਾਹਿਬ ਧੂਰੀ ਆ ਰਹੇ ਨੇ, ਤੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ। ਉਸ ਦਿਨ ਫਿਰ ਮੈਂ ਉਹ ਨਵਾਂ ਰਾਹ ਚੁਣਨ ਵਾਲੀ ਜਿਹੜਾ ਮੈਂ ਆਪਦੀਆਂ ਲਾਈਨਾਂ ਲਿਖੀਆਂ, ਕਿਉਂਕਿ ਜਦੋਂ ਮੈਨੂੰ ਲੱਗਿਆ ਕਿ ਯਾਰ ਇਹਨਾਂ ਨੇ ਮੈਨੂੰ ਰੱਖਣਾ ਹੀ ਨਹੀਂ, ਤਾਂ ਫਿਰ ਮੈਨੂੰ ਕਿਉਂ ਨਹੀਂ ਨਵਾਂ ਰਾਹ ਚੁਣਨਾ ਚਾਹੀਦਾ। ਤੇ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਤਾਂ 5-6 ਮਹੀਨੇ ਪਹਿਲਾਂ ਜੇਲ੍ਹ 'ਚ ਦੱਸਤਾ ਸੀ ਵੀ ਮੈਨੂੰ ਲੜਾਉਣਗੇ, ਤਾਂ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਫਿਰ ਮੈਨੂੰ ਕਿਉਂ ਨਹੀਂ ਦੱਸਿਆ ਯਾਰ, ਅਸੀਂ ਆਪਦਾ ਉਸੇ ਤਰੀਕੇ ਨਾਲ ਆਪਦਾ ਹੱਲ ਕਰ ਲੈਂਦੇ, ਅਸੀਂ ਕੋਈ ਇਹੀ ਜਿਹੀ ਚੀਜ਼ ਥੋੜ੍ਹੀ। ਜੇ ਮੈਂ ਹੁਣ ਟਿਕਟ ਮਿਲਣ ਤੋਂ ਬਾਅਦ ਵੀ ਖਹਿਰਾ ਸਾਹਿਬ ਤੁਹਾਡੀ ਮਦਦ ਕਰਨ ਨੂੰ ਤਿਆਰ ਸੀ ਤਾਂ ਮੈਂ ਪਹਿਲਾਂ ਕਿਉਂ ਨਹੀਂ ਸੀ ਹੋਣਾ, ਘੱਟੋ ਘੱਟ ਮੇਰਾ ਖਰਚਾ ਤਾਂ ਬਚ ਜਾਂਦਾ, ਅਸੀਂ ਹਰ ਰੋਜ਼ ਆਪਦਾ ਕੋਈ ਨਾ ਕੋਈ ਹੋਰ ਕੰਮ ਕਾਰ 'ਚ ਲੱਗ ਜਾਂਦੇ, ਅਤੇ ਤੁਸੀਂ ਛਾਤੀ ਠੋਕ ਠੋਕ ਕੇ ਕਹਿਣੇ ਹੋ ਵੀ ਮੈਂ ਨਹੀਂ ਇੱਥੇ ਆਇਆ, ਮੈਨੂੰ ਤਾਂ ਪਾਰਟੀ ਲੈ ਕੇ ਆਈ ਆ। ਅਤੇ ਜਿਹੜੇ ਸਾਡੇ ਵਰਗੇ ਨੇ ਜਿਹੜੇ ਪਾਰਟੀ ਦਾ ਡਿਸਿਪਲਿਨ ਮੰਨਦੇ ਨੇ, ਕਿਉਂਕਿ ਅਸੀਂ 50,000 ਰੁਪਇਆ ਭਰ ਕੇ ਮੇਰੀ ਮਿਸਿਜ਼ ਦੀ ਫਾਈਲ ਅਪਲਾਈ ਕਰੀ, 50,000 ਰੁਪਇਆ ਭਰ ਕੇ ਮੈਂ ਆਪਦੀ ਫਾਈਲ ਅਪਲਾਈ ਕਰੀ, ਖਹਿਰਾ ਸਾਹਿਬ ਤੋਂ ਪੁੱਛੋ ਵੀ ਇਹਨਾਂ ਨੇ ਸੰਗਰੂਰ ਲਈ ਫਾਈਲ ਅਪਲਾਈ ਕਰੀ, ਕੋਈ 1 ਵੀ ਰੁਪਇਆ ਲਾਇਆ? ਤੇ ਉਸ ਤੋਂ ਬਾਅਦ ਇਹ ਮੇਰੇ ਤੋਂ ਵਫ਼ਾਦਾਰੀ ਦਾ ਸਬੂਤ ਮੰਗਦੇ ਨੇ। ਹਾਂ, ਮੈਂ ਵਫ਼ਾਦਾਰ ਹੈਗਾ ਪਾਰਟੀ ਨਾਲ ਵੀ ਸੀਗਾ, ਅੱਜ ਵੀ ਹੈਗਾ, ਪਰ ਅੱਜ ਮੈਂ ਦੇਖਿਆ ਕਿ ਜਿਹੜੀ ਪਿੰਡ ਤੋਂ ਬੇਬੇ ਮੇਰੀ 14 ਕਿਲੋਮੀਟਰ ਤੋਂ ਦੂਰ ਆ ਕੇ ਕੋਈ ਮੇਰੇ ਬੱਸ ਅੱਡੇ 'ਚ ਉਤਰਦੀ ਆ, ਉਹਨੂੰ ਅੱਜ ਕੰਮ ਦੀ ਜ਼ਰੂਰਤ ਆ, ਉਹਨੂੰ ਗੱਲਾਂ ਦੀ ਜ਼ਰੂਰਤ ਨਹੀਂ, ਉਹਨੂੰ ਖਹਿਰਾ ਸਾਹਿਬ ਤੁਹਾਡੇ ਵਾਂਗੂ ਭੜਕਾਊ ਭਾਸ਼ਣ ਨਹੀਂ ਦੇਣੇ ਆਉਂਦੇ, ਉਹ ਮੇਰੇ ਤੋਂ ਕੁਛ ਉਮੀਦ ਰੱਖਦੀ ਆ, ਅਤੇ ਮੈਂ ਉਮੀਦ ਤਾਂ ਹੀ ਪੂਰੀ ਕਰ ਸਕਦਾ ਜੇ ਮੇਰੇ ਕੋਲ ਕੁਛ ਹੋਊਗਾ, ਤੁਹਾਡੇ ਪਿੱਛੇ ਕਿਉਂ ਲੜੀ ਜਾਵਾਂ ਬਈ, ਮੈਂ ਕਿਉਂ ਲੜਾਂ? ਇੱਕ ਮੈਂ ਹੋਰ ਗੱਲ ਪੁੱਛਣੀ ਚਾਹੁੰਦਾ, ਖਹਿਰਾ ਸਾਹਿਬ ਤੁਸੀਂ ਭੁਲੱਥ ਵਾਲਿਆਂ ਨੂੰ ਧੋਖਾ ਦੇਣਾ ਚਾਹ ਰਹੇ ਹੋ ਜਾਂ ਤੁਸੀਂ ਸੰਗਰੂਰ ਵਾਲਿਆਂ ਨੂੰ ਧੋਖਾ ਦੇਣਾ ਚਾਹ ਰਹੇ ਹੋ? ਕਿਹਨੂੰ ਧੋਖਾ ਦਓਗੇ? ਦੋਨਾਂ 'ਚੋਂ ਇੱਕ ਨੂੰ ਤਾਂ ਧੋਖਾ ਦਓਗੇ ਨਾ, ਅਤੇ ਸੰਗਰੂਰ ਵਾਲੇ ਹੋਏ ਤੋਂ ਬਚ ਜਾਓ, ਇਹਨੇ ਆਪਣੇ 'ਚ ਲੜਾਈਆਂ ਪਵਾ ਕੇ ਮੁੜ ਕੇ ਇਹਨੇ ਲੱਭਣਾ ਨਹੀਂ। ਇਹ ਸਿਮਰਨਜੀਤ ਸਿੰਘ ਮਾਨ ਸਾਹਿਬ ਦੀਆਂ ਸਟੇਜਾਂ ਸ਼ੇਅਰ ਕਰਦਾ ਰਿਹਾ ਹੈ, ਇਹ ਜਿੱਥੇ ਵੀ ਦੋ ਬੰਦੇ ਨੂੰ ਇਕੱਠੇ ਮਿਲਦੇ ਨੇ ਉੱਥੇ ਜਾ ਕੇ ਇਹਨੇ ਕੁਛ ਵੀ ਬੋਲਣਾ ਹੁੰਦਾ, ਸਿਰਫ ਆਪਦੀ ਵਾਹ ਵਾਹ ਖੱਟਣੀ ਹੁੰਦੀ।